एवरीवन, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 5ਵੀਂ ਕਲਾਸ ਦੀ ਮੈਥਸ ਦੀ ਕਿਤਾਬ ਤੇ ਉਹਦਾ ਦੂਜਾ ਚੈਪਟਰ ਫੰਡਾਮੈਂਟਲ ਆਪਰੇਸ਼ਨਸ ਔਨ ਨੰਬਰਸ। ਤੇ ਅੱਜ ਆਪਾਂ ਚਰਚਾ ਕਰਾਂਗੇ ਇਸ ਚੈਪਟਰ ਦੀ ਇੱਕ ਐਕਸਰਸਾਈਜ਼ ਬਾਰੇ, ਜੋ ਕਿ ਹੈਗੀ ਐਕਸਰਸਾਈਜ਼ 2.5, ਜਿਹਦੇ ਵਿੱਚ ਮਲਟੀਪਲੀਕੇਸ਼ਨ ਯਾਨੀ ਗੁਣਾ ਬਾਰੇ ਕੁਝ ਗੱਲਾਂ ਦੱਸੀਆਂ ਗਈਆਂ। ਦੇਖੋ, ਪਿਛਲੀ ਐਕਸਰਸਾਈਜ਼ ਬਾਰੇ ਉਸ ਵਿੱਚ ਆਪਾਂ ਮਲਟੀਪਲੀਕੇਸ਼ਨ ਕਰਨਾ ਸਿੱਖਿਆ ਸੀ, ਪਰ ਮੰਨ ਲਓ ਤੁਹਾਨੂੰ ਮਲਟੀਪਲੀਕੇਸ਼ਨ ਦੇ ਵਿੱਚ ਨੰਬਰ ਇਦਾਂ ਦਿੱਤੇ ਹੋਏ ਨੇ ਜਿਵੇਂ ਕਿਸੇ ਨੰਬਰ ਨੂੰ 0 ਨਾਲ ਗੁਣਾ ਕਰਨਾ ਹੈ, 1 ਨਾਲ, 10 ਨਾਲ, 100 ਨਾਲ, ਯਾਨੀ ਪਿੱਛੇ 0 ਲੱਗਦੇ ਜਾ ਰਹੇ ਨੇ ਨੰਬਰ ਦੇ, ਤਾਂ ਤੁਸੀਂ ਈਜ਼ੀ ਤਰੀਕੇ ਦੇ ਨਾਲ ਗੁਣਾ ਕਿਵੇਂ ਕਰ ਸਕਦੇ ਹੋ ਉਹ ਆਪਾਂ ਇਸ ਦੇ ਵਿੱਚ ਚੈਪਟਰ ਦੇ ਵਿੱਚ ਅੱਜ ਆਪਾਂ ਸਿੱਖਾਂਗੇ। ਜਿਵੇਂ 0 ਨੂੰ ਕਿਸੇ ਵੀ ਨੰਬਰ ਦੇ ਨਾਲ ਗੁਣਾ ਕਰੋਗੇ 0 ਆਏਗਾ, 1 ਨੂੰ ਕਿਸੇ ਵੀ ਨੰਬਰ ਦੇ ਨਾਲ ਗੁਣਾ ਕਰੋਗੇ ਉਹੀ ਨੰਬਰ ਆਏਗਾ। ਠੀਕ ਹੈ, ਹੁਣ ਇਹ ਗੱਲਾਂ ਨੂੰ ਯਾਦ ਰੱਖਦੇ ਹੋਏ ਤੁਸੀਂ ਇਹ ਦੇਖੋ, ਜੇ ਕਿਸੇ ਨੰਬਰ ਨੂੰ 10 ਨਾਲ ਗੁਣਾ ਕਰੋਗੇ ਤਾਂ 6 ਨੂੰ 1 ਨਾਲ ਗੁਣਾ ਕੀਤਾ, 6 ਆ ਗਿਆ, ਉਹੀ ਨੰਬਰ। ਪਿੱਛੇ ਜਿੰਨੇ 0 ਨੇ ਉਹ ਉਦਾਂ ਦੇ ਉਦਾਂ। ਉਵੇਂ ਹੀ ਜੇ 6 ਨੂੰ 100 ਨਾਲ ਗੁਣਾ ਕੀਤਾ, ਪਿੱਛੇ 2 0 ਆ ਗਏ, 6 1s are 6। ਜੇ 24 ਨੂੰ ਮੈਂ 100 ਨਾਲ ਮਲਟੀਪਲਾਈ ਕਰ ਰਹੀ ਹਾਂ, ਪਿੱਛੇ 2 0 ਤੇ 24 ਨੂੰ 1 ਨਾਲ ਮਲਟੀਪਲਾਈ ਕੀਤਾ, ਇੱਥੇ ਆ ਜਾਏਗਾ 24। ਉਵੇਂ ਹੀ 6 ਨੂੰ ਜੇ ਮੈਂ 10,000 ਨਾਲ ਗੁਣਾ ਕਰ ਰਹੀ ਹਾਂ, ਪਿੱਛੇ ਆ ਗਏ 4 0 ਤੇ ਅੱਗੇ ਆ ਗਿਆ 6 1s are 6। ਹੁਣ ਇਹਦੇ ਤੇ ਬੇਸਡ ਇੱਕ ਐਕਸਰਸਾਈਜ਼ ਹੈਗੀ ਐਕਸਰਸਾਈਜ਼ 2.5, ਇਹ ਸੋਲਵ ਕਰਦੇ ਹਾਂ। ਫਿਲ ਇਨ ਦ ਬਲੈਂਕਸ, ਕਿਸੇ ਨੰਬਰ ਨੂੰ 1 ਨਾਲ ਗੁਣਾ ਕਰੋਗੇ ਉਹੀ ਨੰਬਰ ਆਨਸਰ ਵਿੱਚ ਆ ਜਾਏਗਾ। ਕਿਸੇ ਨੰਬਰ ਨੂੰ 10 ਨਾਲ ਗੁਣਾ ਕਰੋਗੇ, ਦੇਖੋ ਪਿੱਛੇ 0 ਆ ਜਾਏਗਾ, ਅੱਗੇ ਉਹ ਨੰਬਰ 81350 ਆਨਸਰ। ਹੁਣ ਇੱਥੇ ਕਿੰਨੇ 0 ਨੇ, 1 2 3, ਪਿੱਛੇ 3 0। 65 ਨੂੰ 1 ਨਾਲ ਗੁਣਾ ਕੀਤਾ, ਇਹ ਆ ਗਿਆ 65। ਉਵੇਂ ਹੀ ਕਿਸੇ ਨੰਬਰ ਨੂੰ 0 ਨਾਲ ਗੁਣਾ ਕਰੋਗੇ 0 ਆ ਜਾਏਗਾ। 129 ਨੂੰ ਕਿਹੜੇ ਨੰਬਰ ਨਾਲ ਮਲਟੀਪਲਾਈ ਕਰੀਏ ਕਿ ਪਿੱਛੇ 2 0 ਆ ਜਾਣ, 100 ਦੇ ਨਾਲ ਕਰੋਗੇ। ਕਿਹੜੇ ਨੰਬਰ ਨੂੰ 1000 ਦੇ ਨਾਲ ਮਲਟੀਪਲਾਈ ਕਰੀਏ ਕਿ 13000 ਆ ਜਾਏ, 13 ਨੂੰ, ਪਿੱਛੇ 3 0 ਨੇ ਇੱਥੇ ਵੀ। ਕਿਹੜੇ ਨੰਬਰ ਨੂੰ 791 ਨਾਲ ਗੁਣਾ ਕਰੀਏ ਕਿ 0 ਆ ਜਾਏ, 0। ਕਿਹੜੇ ਨੰਬਰ ਨੂੰ 82 ਨਾਲ ਮਲਟੀਪਲਾਈ ਕਰੀਏ ਕਿ 82 ਨੂੰ ਮਲਟੀਪਲਾਈ ਇਸ ਨੰਬਰ ਨਾਲ ਕਰੀਏ, ਯਾਨੀ ਇਹੀ ਨੰਬਰ ਇੱਥੇ ਲਿਖਣਾ ਪਏਗਾ, ਆਪਸ ਦੇ ਵਿੱਚ ਆਨਸਰ ਸੇਮ ਆਏਗਾ, ਹੈ ਨਾ। ਜਿਵੇਂ 3 ਮਲਟੀਪਲਾਈਡ ਬਾਈ 2 ਉਹੀ ਹੋਏਗਾ ਜੋ 2 ਮਲਟੀਪਲਾਈਡ ਬਾਈ 3 ਹੈ। ਉਵੇਂ ਹੀ ਇਸ ਨੰਬਰ ਨੂੰ 10 ਨਾਲ ਗੁਣਾ ਕਰੋਗੇ, ਪਿੱਛੇ ਇੱਕ 0 ਆ ਜਾਏਗਾ, 84140। ਇਹਨੂੰ 67 ਨੂੰ 100 ਨਾਲ ਕਰੋਗੇ, ਪਿੱਛੇ 2 0। 91 ਨੂੰ 1000 ਦੇ ਨਾਲ, ਪਿੱਛੇ 3 0, ਅੱਗੇ 91। 100 ਨੂੰ 1000 ਦੇ ਨਾਲ, 1 ਨੂੰ 1 ਨਾਲ ਗੁਣਾ ਕੀਤਾ 1, ਪਿੱਛੇ 1 2 3 4 5 0। 545 ਨੂੰ ਕਿਤੇ ਨਾ ਮਲਟੀਪਲਾਈ ਕਰੀਏ ਕਿ ਪਿੱਛੇ 1 0 ਆ ਜਾਏ, 10 ਦੇ ਨਾਲ। ਕਿਹੜੇ ਨੰਬਰ ਨੂੰ 10 ਦੇ ਨਾਲ ਮਲਟੀਪਲਾਈ ਕਰੀਏ ਕਿ 7060 ਆ ਜਾਏ, 706 ਨੂੰ। 798 ਨੂੰ ਕਿਹੜੇ ਨੰਬਰ ਨਾਲ ਮਲਟੀਪਲਾਈ ਕਰੀਏ ਕਿ 798 ਆ ਜਾਏ, ਉਹ ਆਏਗਾ 1। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਇਹ ਚੈਪਟਰ ਦੀ ਇਸ ਐਕਸਰਸਾਈਜ਼ ਨੂੰ ਤੁਸੀਂ ਸਮਝ ਗਏ ਹੋਵੋਗੇ। ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।